वेलकम बैक नाजरीन गुफ्तगू का सिलसिला आगे बताने और जी सरदार साहब थोड़ी को मैं आवी कि हमें क्या कि मजबूत ओपोजिशन तो कोई थ्रैट नहीं है कोई खतरा नहीं है लेकिन जो कराची के हालात ने वो तो यकीनन किसी भी एक थ्रैट भी हो सकता है, है परेशानी भी हो अलताफ हुई कॉल दि नहीं दहशत गर्दी के वाकयात के खिलाफ अगर असल दि एहतजाज की हकूमत खात्मे, दे खात्मे दे ही खत्म होगी फिर हकूमत अजे भी कोई खतरा कह रहे हो कि नहीं है देखो खतरा ਜਿਹੜੀ ਕ੍ਰਾਚੀ ਦੇ حوالے ਨਾਲ ਤੁਸੀਂ ਗੱਲ ਕੀਤੀ ਮੈਂ ਬਿਲਕੁਲ ਤੁਹਾਡੇ ਨਾਲ ਐਗਰੀ ਕਰਦਾ ਕਿ ਉਹ ਪੂਰੇ ਮੁਲਕ ਆਸਤੇ ਲਮਾ ਫਿਕਰੀ ਹੈ ਔਰ ਪਰੇਸ਼ਾਨ ਕੋਨ ਗਾ ਲੈ ਕੇ ਗੋ ਕ੍ਰਾਚੀ ਬਹੁਤ ਵੱਡਾ ਸ਼ਹਿਰ ਹੈ ਲੇਕਿਨ ਇਸਨੇ ਬਾਵਜੂਦ ਜਿਹੜੀ ਟਾਰਗੇਟ ਕਿਲਿੰਗ ਹੈ ਬਹੁਤ ਸਾਰੇ ਐਸੀ ਵੀ ਮਾਮਲੇ ਆਣ ਕਿ ਅਗਰ ਕੋਈ ਆਪਣੀ ਜ਼ਾਤੀ ਦੁਸ਼ਮਣੀ ਚ ਵੀ ਮਾਰਿਆ ਗਿਆ ਜਾਂ ਐਕਸੀਡੈਂਟ ਨਾਲ ਵੀ ਮਾਰਿਆ ਗਿਆ ਤੇ ਉਸ ਨੂੰ ਟਾਰਗੇਟ ਕਿਲਿੰਗ ਦੀ ਟੋਟਲ ਪਾ ਦਿੱਤਾ ਵਾ ਨਾ ਸ਼ਾਇਦ ਉਹ ਨਹੀਂ ਲੇਕਿਨ ਮੌਜੂਦਾ ਜਿਹੜੀ ਸੂਰਤ ਹੈ ਹਾਲੇ ਉਸ ਦੇ ਅੰਦਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ 32 ਲੋਕ ਜਿਹੜੇ ਨੋ ਉਸ ਤੋਂ ਜ਼ਿਆਦਾ ਬਹੁਤ ਸਾਰੇ ਲੋਕ ਸ਼ਾਇਦ ਉਸ ਤੋਂ ਜ਼ਿਆਦਾ ਇਹ ਬਹੁਤ ਵੱਡਾ ਇੱਕ ਜ਼ੁਲਮ ਹੈ ਔਰ ਬਹੁਤ ਵੱਡਾ ਲੰਮਾ ਫਿਕਰੀਆ ਹੈ ਹਕੂਮਤ ਆਸਤੇ ਵੀ ਆਪੋਜੀਸ਼ਨ ਆਸਤੇ ਵੀ ਔਰ ਜਿਹੜੇ ਪਾਕਿਸਤਾਨ ਦੀ ਮਹਬੇ ਵਤਨ ਆਵਾਮ ਹੈ ਉਹਨਾਂ ਆਸਤੇ ਵੀ ਇਸ ਤੇ ਮੇਰੀ ਜ਼ਾਤੀ ਹیثیت ਤੇ ਹਕੂਮਤ ਚੋਂ ਹਟ ਕੇ ਮੈਂ ਸਮਝਣਾ ਕਿ ਇਸ ਜੇ ਲਾਈਨ ਆਫ ਐਕਸ਼ਨ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਬਗੈਰ ਇਹ ਤੱਕੇ ਵੇਖੇ ਕਿ ਅਗਰ ਕੋਈ ਪੋਲਿਟੀਕਲ ਪਾਰਟੀ ਉਸ ਤੇ ਇਨਵੋਲਵ ਹੈ ਤੇ ਉਸ ਦੇ ਖਿਲਾਫ ਵੀ ਹੋਣਾ ਚਾਹੀਦਾ ਹੈ ਔਰ ਅਗਰ ਜੁਰੈਮ ਪੇਸ਼ਾ ਲੋਗ ਇਨਵੋਲਵਨ ਹੋਰ ਕਿਸੇ ਪਾਰਟੀ ਦੇ ਝੰਡੇ ਥਲੇ ਚਾਹੇ ਉਹ ਪੀਪਲਸ ਪਾਰਟੀ ਦੇ ਝੰਡੇ ਥਲੇ ਆ ਕੇ ਉਹ ਇਸ ਤਰ੍ਹਾਂ ਦਾ ਕੰਮ ਕਰਨੇ ਨੂੰ ਮੁਲਕ ਨੂੰ ਵੀ ਸਟੇਬਲ ਕਰ ਦੇ ਸਰਦਾਰ ਸਾਹਿਬ ਉਹ ਸਟੇਟਮੈਂਟ ਜ਼ੁਲਫਕਾਰ ਮਿਰਜ਼ਾ ਸਾਹਿਬ ਦੇ ਸੰਯੋਗਤ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ مفاہمت نے اور مجਬੂਰੀ ਨੇ ਮੇਰੇ ਹੱਥ ਰੁਕੇ ਹੋਏ ਨੇ

ਉਹਨਾਂ ਬਿਆਨਾਂ ਤੋਂ ਬਾਅਦ ਮੱਤ ਕੇ ਲੋਗਾ ਦੀ ਪਸੰਦਿਤਗੀ ਜ਼ੁਲਫਕਾਰ ਮਿਰਜ਼ਾ ਦੀ ਤਰਫ ਬਹੁਤ ਜ਼ਿਆਦਾ ਹੋ ਗਈ। ਔਰ ਇਸੇ ਵਜ੍ਹਾ ਸੇ ਤੁਸੀਂ ਉਹਨਾਂ ਨੂੰ ਜਬਰੀ ਰੁਖਸਤ ਤੇ ਭੇਜ ਦਿੱਤਾ। ਅਸੀਂ ਉਹ ਠੀਕ ਕੁਰਬਾਨੀ ਦਾ ਬੱਕਰਾ ਬਣਾ ਦਿੱਤਾ। ਅਸਾਂ ਜਬਰੀ ਰੁਖਸਤ ਤੇ ਨਹੀਂ ਭੇਜਿਆ ਉਹ ਖੁਦ ਗੈਨ ਛੁੱਟੀਆਂ گزارਨੇ ਆਸਤੇ ਗੈਨ। ਲੇਕਿਨ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਜ਼ੁਲਫਕਾਰ ਮਿਰਜ਼ਾ ਸਾਹਿਬ ਕਹੇ ਕਿ ਜਿਹੜੀ ਮਫਾਮਤ ਦੀ ਸਿਆਸਤ ਹੈ ਉਸ ਦੇ ਵਿੱਚ ਅੰਦਰ ਆ ਕੇ ਬਹੁਤ ਸਾਰੀਆਂ ਕਮਜ਼ੋਰੀਆਂ ਜਿਹੜੀਆਂ ਉਹ ਵੀ ਕੀਤੀਆਂ ਗਈਆਂ ਨੇ ਇਸ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ। ਜੀ ਕੁਜੇ ਸਾਹਿਬਾ ਕਰਾਚੀ ਦੇ ਅੰਦਰ ਜੋ ਹਾਲਾਤ ਨੇ ਉਹ ਮੁਸਲਿਮ لیگ ਨਵਾਜ਼ ਪਹਿਲੇ ਤੇ ਢੋਲ ਪਿਟਦੀ ਰਹੀ ਕਿ ਜੀ ਕਰਾਚੀ ਦੇ ਅੰਦਰ ਹਾਲਾਤ ਜੋ ਵੀ ਹੋ ਰਹੇ ਨੇ ਉਸ ਦੀ ਜ਼ਿੰਮੇਵਾਰ ਮੁਤਹਿਦਾ ਕੌਮੀ ਮੂਵਮੈਂਟ ਹੈ ਇਸ ਇਸ ਕਿਸਮ ਦੇ ਸਟੇਟਮੈਂਟਸ ਔਨ ਰਿਕਾਰਡ ਮੌਜੂਦ ਨੇ ਅਗਰ ਤੁਸੀਂ ਨਹੀਂ ਵੀ ਮੰਨੋਗੇ ਤੇ ਮੈਂ ਉਹ ਰਿਕਾਰਡ ਤੁਹਾਡੇ ਸਾਹਮਣੇ ਰੱਖ ਦਿਆਂਗੀ ਤੁਹਾਡੀ तमाम ਲੈਵਲ ਦੀ ਜੜੀ ਲੀਡਰਸ਼ਿਪ ਹੈ ਉਹਨਾਂ ਦੇ ਬਿਆਨਤ ਆਂਦੇ ਰਹੇ ਹੁਣ ਤੇ ਮੁਤਹਿਦਾ ਕੌਮੀ ਮੂਵਮੈਂਟ ਦੇ ਨਾਲ ਤੁਸੀਂ ਬੈਠ ਕੇ ਉਹਨਾਂ ਤੇ ਸ਼ੀਰੋ ਸ਼ੱਕਰ ਵੀ ਹੋ ਗਏ ਹੋ ਹੁਣ ਕੌਣ ਜ਼ਿੰਮੇਵਾਰ ਹੈ ਹੁਣ ਤੁਸੀਂ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ मैं तो तुम पहले भी कह कि असी मैं तो सारे जिम्मेदार समझ नहीं कि उसे ए एन पी कह रही है कि एम क्यूम कर रहे हैं एम क्यूम कह रही है कि ए एन पी मार रही है कि एक इन्होंने कौन रोकता है तो किस तरह हो सकता है जुल्फकार मिर्जा साहब का तो पहले भी बयान आए हैं कि मैं इन्होंने सीधा करके रख देंगे अगर मैं आई दे दीता तो है मैंने तो मजबूरी बहुत जाना पैया मैं अपने जाके वकत गुजार के आया मन क्या गया अगर तुम तो ये छड़ो ये काम बिल्कुल तो अं आप ही सारा संभाल लेंगे लेकिन कुछ नहीं इतने फर्क पैया एक डंडे चलाने किसी खत्म हो जाएगा काम ਮਾਰਨ ਇੱਕ ਦੂਸਰੇ ਉਹਦੇ ਵਾਸਤੇ ਵੀ ਤੇ ਕੋਈ ਕੀ ਹਾਲ ਹੈ ਕਿ ਕਰਾਚੀ ਦਾ ਕੀ ਹਾਲ ਹੈ ਤਿੰਨ ਬੜੀ ਸਿਆਸੀ ਕੂਵਤਾਂ ਉੱਥੇ ਮੌਜੂਦ ਨੇ ਬਲਕਿ ਚਾਰ ਜਮਾਤਾਂ ਇਸਲਾਮੀ ਵੀ ਉੱਥੇ ਮੌਜੂਦ ਹੈ ਐਨਪੀ ਵੀ ਹੈ ਐਮਕੇਐਮ ਵੀ ਹੈ ਪੀਪਲਸ ਪਾਰਟੀ ਵੀ ਹੈ ਮੁਸਲਮਾਨ ਇੱਕ ਨਵਾਜ਼ ਦਾ ਤੇ ਖੈਰ ਉੱਥੇ ਕੋਈ ਅਸੀਂ ਦੇਖਿਆ ਕਿ ਬਹੁਤ ਦਫਾ ਕਿਹਾ ਗਿਆ ਕਿ ਕੋਈ ਵਜੂਦ ਨਹੀਂ ਸੀ 2008 ਦੇ ਇਲੈਕਸ਼ਨ ਸਾਰੇ ਸਿਆਸੀ ਲੋਕ ਇਕੱਠੇ ਬੈਠ ਕੇ ਇਸ ਮਾਮਲੇ ਨੂੰ ਹੱਲ ਕਰਨ ਕਿ ਵੀ ਕਿਸ ਤਰੀਕੇ ਨਾਲ ਇਹ ਸਾਰਾ ਜਰਨਜਿਸ਼ਾ ਖਤਮ ਹੋ ਸਕਦੀਆਂ ਨੇ ਲੋਕ ਇੱਕ ਦੂਸਰੇ ਦੇ ਕਬਰ ਦੇ ਵਿੱਚ ਹੀ ਮਾਰੀ ਜਾ ਰਹੇ ਲੋਕਾਂ ਆਪਣੀ ਦੁਸ਼ਮਣੀ ਕੱਢੀ ਜਾ ਰਹੇ ਸਿਰਫ ਸਿਆਸੀ ਚੱਕਰ ਲੈ ਕੇ ਕਿ ਜੀ ਇਹ ਨਾਮ ਆ ਜਾਏਗਾ ਜੀ ਸਿਆਸੀ ਤੌਰ ਤੇ ਮਾਰੇਗੇ ਮਾਰਨਾ ਆਪਣੀ ਦੁਸ਼ਮਣੀ ਚ ਤੇ ਇਹ ਕਿਸ ਤਰ੍ਹਾਂ ਜਦ ਤੱਕ ਇਹ ਫੋਰਸ ਨਹੀਂ ਇਸਤੇਮਾਲ ਹੋਏਗੀ ਉਸ ਵਕਤ ਤੱਕ ਇਹ ਕੰਮ ਨਹੀਂ ਠੀਕ ਹੋ ਸਕਦਾ ਅੱਛਾ ਸਰਦਾਰ ਸਾਹਿਬ ਹੁਣ ਜ਼ੁਲਫਿਕਾਰ ਮਿਰਜ਼ਾ ਸਾਹਿਬ ਨੂੰ ਵਾਪਸ ਬੁਲਾਉਣ ਦਾ ਕੋਈ ਇਰਾਦਾ ਹੈ ਉਹਨਾਂ ਤੇ ਮੁਤਹਿਦਾ ਚਲੀ ਗਈ ਜਿਨ੍ਹਾਂ ਵਾਸਤੇ ਤੁਸੀਂ ਕੁਰਬਾਨੀ ਦਿੱਤੀ ਸੀ ਮੇਰੇ ਦਿਲ ਕੋ ਤੇ ਮੇਰੇ ਦਿਲ ਕੋ ਤੇ ਪੁੱਛੋ ਤੇ ਉਹਨਾਂ ਨੂੰ 2 ਦਿਨ ਪਹਿਲੇ ਆ ਜਾਣਾ ਚਾਹੀਦਾ ਸੀ ਵਾਪਸ ਅੱਛਾ ਔਰ ਅਗਰ ਐਜ਼ ਅ ਪੀਪਲਸ ਪਾਰਟੀ ਵਰਕਰ ਦੀ ਅਸੀਅਤ ਨਾ ਪੁੱਛੋ ਤੇ ਮੈਂ ਕਹਿੰਨਾ ਕਿ ਉਹ ਲੇਟ ਨੂੰ ਨਾ ਪਹਿਲੇ ਆਣਾ ਚਾਹੀਦਾ ਸੀ क्योंकि हर वर्कर की आवाज़ है और यकीन पार्टी के सीनियर रहनुमाव उन्होंने बहुत सारिया कुर्बानियां पाकिस्तान पीपल्स पार्टी और जरूर उन्होंने वापस आना भी चाहिए ना और पार्टी को वापस बुलाना भी चाहिए था।

ਚੀਜ਼ਾਂ ਬਹੁਤ ਸਾਰੇ ਫੈਕਟਰ ਹਨ ਜਿਨ੍ਹਾਂ ਦੀ وجہ ਤੋਂ ਇਹ ਹਾਲਾਤ ਸਾਰੇ ਹਨ ਕਿ ਇੱਕ ਸ਼ੁਰੂ ਤੋਂ ਉੱਥੇ ਪੰਜਾਬੀ ਪਖਤੂਨ ਔਰ ਮਾਜਰ ਦਾ ਜਿਹੜਾ ਉਹ ਇੱਕ ਉੱਥੇ ਲਾਸਾਨੀ ਫਸਾਦਾਤ ਕਰਾਏ ਗਏ ਪੁਰਾਣੀ ਤਾਰੀਖ ਕਰਾਚੀ ਦੀ ਤੁਹਾਡੇ ਸਾਹਮਣੇ ਉਸ ਵਿੱਚ ਬਹੁਤ ਸਾਰੇ ਜੁਰਮ ਪੇਸ਼ਾ ਲੋਕ ਜਿਹੜੇ ਨੇ ਉਹ ਸ਼ਾਮਲ ਹੋ ਗਏ ਹਨ ਮੁxtਲਿਫ ਪਾਰਟੀਆਂ 'ਚ ਮੈਂ ਕਿਸੇ ਦਾ ਨਾਂ ਨਹੀਂ ਲੈਵਾਂਗਾ ਸਾਰੀਆਂ ਪਾਰਟੀਆਂ 'ਚ ਸ਼ਾਮਲ ਹੋ ਗਏ ਹਨ ਉਹਨਾਂ ਫਿਰ ਆਪਣੇ ਮਫਾਦਾਤ ਆਸਤੇ उत् अपने पैसे आस्ते अपना चीज़ वास्ते उन्होंने उस चीज़ अगे चलाया उस उसकी वजह तो हालात खराब होए और फिर जिस तरह जुल्फकार मिर्जा साहब क्या मैं भी इतने तुडे तो सामने इजहार किया कि मुफामद की जी पॉलिसी सी उसने अंदर आके थोड़ी तो ਇਹ ਹੈਂਗ ਪਾਰਲੀਮੈਂਟ ਸੀ ਤੁਹਾਡੀ اکثریت ਹੈ ਨਹੀਂ ਸੀ ਤੁਹਾਨੂੰ ਇੱਕ ਦੀ ਵੀ ਬਲੈਕਮੇਲਿੰਗ ਮੰਨਣੀ ਪਉਣੀ ਸੀ ਦੂਸਰੇ ਦੀ ਵੀ ਤੀਸਰੇ ਦੀ ਵੀ ਚੌਥੇ ਦੀ ਵੀ ਤੁਸੀਂ ਬਲੈਕਮੇਲ ਹੁੰਦੇ ਰਹੇ ਨਹੀਂ ਤਿੰਨ ਸਾਲ ਦੇਖੋ ਇਸ 'ਚ ਕੋਈ ਸ਼ੱਕ ਸ਼ੋਭਾ ਨਹੀਂ ਅਗਰ ਤੁਹਾਡੇ ਕੋਲ اکثریت ਨਹੀਂ ਹੈ ਹਕੂਮਤ ਨੂੰ ਤਾਂ ਚਲਾਣਾ ਹੈ ਤੁਹਾਡੇ ਕੋਲ ਉਸ ਤੋਂ ਬਿਨਾਂ ਹੱਲ ਕੋਈ ਨਹੀਂ ਤੁਸੀਂ ਉਹਨਾਂ ਦੀ ਗੱਲ ਸੁਣਨੀ ਪਵੇਗੀ ਹੁਣ ਜਾਂ ਤੇ ਇਹ ਹੈ ਕਿ ਪੂਰੀ ਤਰ੍ਹਾਂ ਫੀਲਡ 'ਇਜ ਜਾ ਕੇ ਉਸ ਦੀ ਤਹਿਕੀਕ ਹੋਵੇ ਕਿ ਕੌਣ ਸੱਚ ਕਹਿ ਰਿਹਾ ਕੌਣ ਗਲਤ ਕਹਿ ਰਿਹਾ ਜ਼ੁਲਫਕਾਰ ਮਿਰਜ਼ਾ ਸਾਹਿਬ ਜਿਹੜਾ ਬਿਆਨ ਦਿੱਤਾ ਜਿਹੜਾ ਉਹਨਾਂ ਨੇ ਜਦੋਂ ਬਾਤ ਚ ਤਕਰੀਰ ਕੀਤੀ ਕਿ ਅੱਜ ਵੀ ਮੇਰੇ ਕੋ 26

ਕਾਲ ਮੁੱਤਦ ਕੌਮੀ ਮੂਵਮੈਂਟ ਦਿੰਦੀ ਹੈ ਕਿ ਆ ਮੁਸਲਿਮ ਲੀਗ ਨਵਾਜ਼ ਉਸ ਦਾ ਹਿੱਸਾ ਹੋਏਗੀ ਅਗਰ ਇਕੱਠੇ ਹੁਣ ਸੇ ਜਸ ਕਰ ਰਹੇ ਨੇ ਸਾਰੇ ਕਾਮ ਤੇ ਫੀਤ ਜ਼ਾਹਰ ਹੈ ਨਾਲ ਸ਼ਾਮਲ ਹੋਣਗੇ ਇਸ ਕਾਲ ਦੇ ਵਿੱਚ ਵੀ ਸ਼ਾਮਲ ਹੋਣਗੇ ਲੇਕਿਨ ਇਹ ਕਾਲ ਕਿਉਂ ਆਏਗੀ ਕਿ ਕਿ ਐਂਡ ਦਾ ਖਤਮ ਹੋਏਗੀ ਉਸ ਤੋਂ ਪਹਿਲੇ ਕੋਈ ਫੈਸਲਾ ਹੋ ਜਾਣਾ ਚਾਹੀਦਾ ਹੈ ਕੋਈ ਬੈਠ ਕੇ ਨਾ ਆਪਸ ਵਿੱਚ ਇਤਿਹਾਦ ਕਰਕੇ ਸਾਰੀ ਸਾਰੀ ਪਾਰਟੀਆਂ ਨੂੰ ਬੈਠਣਾ ਚਾਹੀਦਾ ਹੈ ਗੋਲ ਮਿਸ ਕੌਂਸਲਸ ਜੀ ਇਹ ਵੀ ਤੇ ਕਹਿ ਰਹੀ ਹੈ ਕਿ ਜੀ ਕ੍ਰਾਚੀ ਨੂੰ ਫੌਜ ਦੇ ਵਾਲੇ ਕੀਤਾ ਜਾਏ ਬੜੇ ਅਸਰਦਾਰ ਹੋਣਾ ਹੈ ਉਹ ਲਗਾਤਾਰ ਕਹਿ ਰਹੇ ਨੇ ਕੀ ਤੁਸੀਂ ਸਮਝਦੇ ਹੋ ਕਿ ਵਾਕਈ ਆਰਮੀ ਅਗਰ ਕ੍ਰਾਚੀ ਦੇ ਅੰਦਰ ਇੱਕ ਵਾਰੀ ਘੁੱਸ ਗਈ ਤੇ ਫਿਰ ਆਰਮੀ ਤੇ ਨਿਕਲੇਗੀ ਨਹੀਂ ਨਹੀਂ ਜੀ ਆਰਮੀ ਨੂੰ ਨਹੀਂ ਨਿਵਾਦ ਦੇ ਹੋਏਗਾ ਤੇ ਨਿਕਲੇਗੀ ਨਾ ਆਰਮੀ ਸੇ ਜਾਣਾ ਦੇਣ ਵਾਸਤੇ ਨਹੀਂ ਹੁੰਦੀ ਨਾ ਕਿ ਜਾ ਕੇ ਸਿਰਫ ਆਪਣੇ ਆਪ ਨੂੰ ਹਲਾਲ ਹੀ ਕਰਾ ਦੇਵੇ ਇਹਨਾਂ ਕੋਲੋਂ ਲੇਕਿ ਆਰਮੀ ਨੇ ਇਹਨਾਂ ਨੂੰ ਸਿੱਧਾ ਹੀ ਨਾਲ ਕਰਨਾ ਹੁੰਦਾ ਨਾ ਤੇ ਸਿੱਧਾ ਕਰਨਗੇ ਤੇ ਨਿਕਲਣਗੇ ਨਾ ਬਾਹਰ

ਦੇ ਜਿਹੜੇ ਹਾਲਾਤ ਅੱਜ ਦੇ ਜਿਹੜੇ ਹਾਲਾਤ ਹਨ ਹੋਰ ਹਨ ਅਗਰ ਇਸ ਤਰ੍ਹਾਂ ਤੇ ਹੋਵੇ ਤੇ ਸ਼ਾਇਦ 6 ਮਹੀਨੇ ਇਸ ਹਕੂਮਤ ਨੂੰ 6 ਮਹੀਨੇ ਗੁਜ਼ਰੇ ਸੰ ਤੇ ਲੋਕਾਂ ਕਹਿਣਾ ਸ਼ੁਰੂ ਕਰਦੇ ਹੈ ਕਿ ਫੌਜ ਆ ਰਹੀ ਜਾ ਰਹੀ ਅੱਜ ਰਾਤ ਨੂੰ ਆ ਰਹੀ ਕੱਲ ਆ ਰਹੀ ਲੇਕਿਨ ਤਸਾ ਤੱਕਿਆ ਕਿ 3.5 ਸਾਲ ਤੱਕ ਨਹੀਂ ਆਈ ਹੋਰ ਆਇਂਦਾ ਵੀ ਇਨਸ਼ਾਅੱਲਾ ਨਹੀਂ ਆਏਗੀ लेकिन कुत्सा साहबा अगर क, कराची के हालात इस तरह खराब होंगे ने रेंगे ने और मजीद खराबी की तरफ जाते हैं जिसमें अं देख रहे हैं कि डे बाय डे जो वॉयलेंस है वो इंक्रीज हों जा रहा है उसके अंदर कमी नहीं आ रही तो फिर हुकूमत वास्ते तो शायद इतना बड़ा लम्बा फिक्रिया नहीं है क्योंकि हकूमत नदत हो गई है पिछले तीन साल तो यही देख रहे हैं लेकिन हूं मुतहदा कौमी मूवमेंट पहले हुकूमत का हिस्सा से जो पीपल्स पार्टी को एक बड़ी सपोर्ट स ਹੋ ਨੋ ਵੀ ਹਿੱਸਾ ਨਹੀਂ ਹੈ ਉਹ ਸਪੋਰਟ ਵੀ ਪੀਪਲਸ ਪਾਰਟੀ ਖੋ ਬੈਠੀ ਹੈ ਤੇ ਹੁਣ ਫਿਰ ਕੋਈ ਤਬਦੀਲੀ ਦੀ ਹਵਾ ਚਲ ਸਕਦੀ ਹੈ ਕੋਈ ਮਿਡ ਟਰਮ ਇਲੈਕਸ਼ਨ ਦਾ ਮੁਤਾਬਲਾ ਹੋ ਸਕਦਾ ਹੈ ਜਾਂ ਕਿਸ ਕਿਸਮ ਦੀ ਤਬਦੀਲੀ ਆਏਗੀ ਬਿਲਕੁਲ ਤਬਦੀਲੀ ਐਸੇ ਕਿਉਂ ਨਹੀਂ ਮੂਵਮੈਂਟ ਚਲ ਸਕਦੀ ਜਿਵੇਂ ਕਿ ਕਿਸੇ ਕੰਮ ਦੀ ਖਰਾਬੀਆਂ ਦੇਖਦੇ ਨੇ ਹਕੂਮਤਾਂ ਜ ਹਮੇਸ਼ਾ ਹੀ ਹੁੰਦਾ ਕਿ ਜਿਸਲੇ ਇੰਤਹਾਹ ਤੇ ਪਹੁੰਚ ਜਾਂਦੇ ਨੇ ਫਿਰ ਉਹ ਡਿਮਾਂਡ ਕਰਦੇ ਨੇ ਹੁਣ ਆਵਾਮ ਵੀ ਡਿਮਾਂਡ ਕਰਨਗੇ ਆਵਾਮ ਸੜਕਾਂ ਤੇ ਨਿਕਲੇ ਨੇ ਉਹਨਾਂ ਦੀ ਜੇਲੇ ਕੋਈ ਜ਼ਰੂਰਤ ਪੂਰੀ ਨਹੀਂ ਹੋਏਗੀ ਤੇ ਉਹਨਾਂ ਨੂੰ ਤੇ ਫਿਰ ਨਾਲ ਮਿਲਣਾ ਹੀ ਮਿਲਣਾ ਹੈ ਕਿ ਜੀ ਨਿਕਰੋ ਤੇ ਸਕੂਮਤ ਨੂੰ ਖਤਮ ਫਿਰ ਤੇ ਉਹ ਕਰਨક ਪਾਏਗਾ ਸਭ ਕੁਝ ਜੋ ਵੀ ਕਰ ਸਕਦਾ ਲੇਕਿਨ ਜਦੋਂ ਤੁਹਾਡੀ ਜਮਾਤ ਦੇ ਮੁਖਤਿਫ ਲੀਡਰਸ ਤੋਂ ਅਸੀਂ ਗੁਜ਼ਰਿਸ਼ਤਾ ਇੱਕ ਹਫਤੇ ਤੋਂ ਜਦੋਂ ਦੀ ਇਹ ਅਲਾਈਅንስ ਚੱਲ ਰਿਹਾ ਹੈ ਪੁੱਛਣਾ ਹੈ ਕਿ ਜੀ ਤੁਹਾਡਾ ਇਸ ਅਲਾਈਅንስ ਦਾ এজেন্ডਾ ਕੀ ਹਕੂਮਤ ਭਗਾਉ ਹੈ ਤੇ ਉਹ ਕਹਿੰਦੇ ਨੇ ਹਕੂਮਤ ਭਗਾਉ ਨਹੀਂ ਹੈ ਤੇ ਫਿਰ ਕੀ এজেন্ডਾ ਹੈ ਸਿੱਧੇ ਰਸਤੇ ਲਗਾਣਾ ਸਿੱਧੇ ਰਸਤੇ ਤੁਸੀਂ ਨਹੀਂ ਲਾ ਸਕਦੇ ਤੇ ਨਹੀਂ ਲਗਾ ਸਕਣਗੇ ਤੇ ਫਿਰ ਤੇ ਜ਼ਾਹਰ ਆਪਣੀ ਦੂਸਰੀ ਆਪਸ਼ਨ ਇਸਤੇਮਾਲ ਕਰਨਗੇ ਮਕਸਦ ਇਹ ਹੈ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਸ਼ਨਸ ਮਿਡ ਟਰਮ ਇਲੈਕਸ਼ਨ ਦਾ ਮੁਤਾਲਬਾ ਹੈ ਕੀ ਹੈ ਫਿਰ ਅਬ ਮਿਡ ਟਰਮ ਇਲੈਕਸ਼ਨ ਦਾ ਹੀ ਮੁਤਾਲਬਾ ਵੀ ਹੋ ਸਕਦਾ ਹੈ ਔਰ ਅਸਤੀਫਾ ਦਾ ਵੀ ਹੋ ਸਕਦਾ ਇੱਕ ਇੱਕ ਚੀਜ਼ ਉਹ ਜੋ ਸਤੰਗ ਪੈ ਜਾਂਦੇ ਤੇ ਫਿਰ ਕੁਛ ਨਾ ਕੁਛ ਤਾਂ ਕਰਨਾ ਪੈਂਦਾ ਹੈ ਨਾ ਉਹਦੇ ਬਗੈਰ ਤੇ ਕੰਮ ਨਹੀਂ ਚੱਲ ਸਕਦਾ ਨਾ ਅਦਬ ਸਰਦਾਰ ਸਾਹਿਬ ਨੂੰ ਦੇਖਣਾ ਤੇ ਨਹੀਂ ਮੈਂ ਬੈਠ ਕੇ ਕਿ ਜੇ ਹਕੂਮਤ ਕਰ ਰਹੇ ਜਿਸ ਤਰ੍ਹਾਂ ਦਿਲ ਨਾਲ ਚਾਹਦਾ ਕਰੀ ਜਾਣ ਅਸੀਂ ਸਿਰਫ ਇਹ ਕਹਿ ਲਾ ਲਈਏ ਕਿ ਜੇ ਸੀ ਆਪੋਜੀਸ਼ਨ ਹੈ बोलिए कुछ ना तो ये कुछ तीन साल तक कुछ साहबा सिर्फ कहलाया ही अपने आप ना ओपोजिशन अच्छी तीन साल ही कहलाया साल ही वजह ना ना खराबियां आई है ना बहुत ज्यादा और ये टफ टाइम पहले देर से जानता ते घूमते कुछ कर भी नहीं सकती इस फिर हुँ? अच्छा देर आए दुरुस्त आए बहरहाल चलो हूँ तो अपोजिशन को ख्याल आ गया लेकिन सरदार साहब इन हालात के अंदर जो इतना स्ट्रोंग फाइनेंशियल क्रंच है और अमनो अमान की सूरत इतनी खराब है मिड इलेक्शन पॉसिबल है ਦੇਖੋ ਮਿਡ ਟਰਮ ਇਲੈਕਸ਼ਨ ਦੀ ਤਾਂ ਹੁਣ ਤੱਕ ਕੋਈ ਨਹੀਂ 1.5 ਸਾਲ ਬਾਅਦ ਜਨਰਲ ਇਲੈਕਸ਼ਨ ਹੋਣੇ ਤੇ ਅਜੇ ਉਹ ਪੰਜਾਬੀ ਜਿਹੇ ਕਹਿੰਦੇ ਨੇ ਸਭਨ ਸਭਾ ਆਪਣਾ ਕਰੰਟ 6 ਮਹੀਨੇ ਸਭਨ ਸਭਾ ਜਗ ਜਾਸੀ ਤੇ ਫਿਰ ਅਗੇ ਆਖਰੀ ਸਾਲ ਇਲੈਕਸ਼ਨ ਦੇਈਏ ਤੇ ਉਸ ਇਲੈਕਸ਼ਨ ਨੂੰ ਜਿਹੜਾ ਜਨਰਲ ਇਲੈਕਸ਼ਨ ਹੈ ਇਹ ਜ਼ੇਨ ਚ ਮਿਡ ਟਰਮ ਹੀ ਸਮਝ ਲੈਣ ਕਿਉਂਕਿ ਇਹ ਤਾਂ ਕਿਸੇ ਨਤੀਜੇ ਤੇ ਇਹਨਾਂ ਉਸ ਟਾਈਮ ਤੱਕ ਵੀ ਨਹੀਂ ਪਹੁੰਚਣਾ ਮੈਂ ਤੁਹਾਨੂੰ ਕਿਹਾ ਇਸ ਇਤਹਾਦ ਦੇ ਬਾਰੇ ਚ ਔਰ ਦੂਸਰੇ ਇਹ ਵੇ ਕਿ ਕਿਆ ਗਿਆ ਕਿ ਜੀ ਆਪਣਾ اپੋਜੀਸ਼ਨ ਔਰ ਕ੍ਰਿਪਸ਼ਨ ਔਰ ਸਾਰਾ ਕੁਝ ਦੇਖੋ ਪਾਕਿਸਤਾਨ ਦਾ तकरीबन 62 ਜਾਂ 65 ਪਰਸੈਂਟ ਜਿਹੜਾ ਆਬਾਦੀ ਉਸ ਦੇ ਅੰਦਰ ਹਕੂਮਤ ਹੈ ਮੁਸਲਮਨ ਲੀਗ ਨੂੰ ਦੀ ਅਗਰ ਅਸੀਂ ਸਾਰੇ ਗਲਤ ਰਸਤੇ ਤੇ ਚੱਲ ਰਹੇ ਹਾਂ ਤੇ ਇਹ ਘੱਟੋ ਘੱਟ ਆਪਣਾ ਰਸਤਾ ਤੇ ਠੀਕ ਕਰ ਰਹੇ ਹਨ ਕਰਪਸ਼ਨ ਕਰਪਸ਼ਨ ਬਾਰ ਬਾਰ ਕੀਤੀ ਗਈ ਔਰ ਅੱਜ ਨੇ ਨਵਾਈ ਵਾਕ ਤੇ ਅਗਰ ਤੁਸੀਂ ਆਬਦ ਸ਼ੇਰ ਅਲੀ ਸਾਹਿਬ ਦੇ ਹਵਾਲੇ ਨਾਲ ਪੜੋ ਜ਼ulfikar Khosa ਸਾਹਿਬ ਦੇ ਖਿਲਾਫ ਜਿਹੜਾ ਉਹਨਾਂ ਲਿਖਿਆ ਕਿ ਕ੍ਰੈਪਟ ਸਾਰੇ ਕੋ ਜੋ ਅਫਸਰਾਂ ਲਾਏ ਨੇ ਔਰ ਉਹਨਾਂ ਕੋ ਉਹ ਮਹੀਨੇ ਦਾ ਬੱਤ ਲੈ ਰਹੇ ਨੇ ਔਰ ਉਹਨਾਂ ਖਤ ਲਿਖਿਆ ਚੀਫ ਮਨਿਸਟਰ ਸਾਹਿਬ ਨੂੰ ਮੈਂ ਸਮਝੀਨਾ ਉਸ ਤੋਂ ਬਾਅਦ ਕਮਸ ਕਮ ਇਹਨਾਂ ਨੂੰ ਇੱਕ ਕ੍ਰੈਪਸ਼ਨ ਕ੍ਰੈਪਸ਼ਨ ਨਹੀਂ ਕਰਨੀ ਚਾਹੀਦੀ ਇਹ ਬਸਲੀ ਗੱਲ ਹੈ ਨਾ ਕੋਨੇ ਅਗਰ ਉਹਨੇ ਇੱਕ ਪੁਆਇੰਟ ਆਊਟ ਕਰਕੇ ਦਿੱਤਾ ਆਪਣੀ ਪਾਰਟੀ ਦਾ ਬੰਦਾ ਤੁਹਾਨੂੰ ਲਈ ਹਾਸਲੇ ਦੀ ਗੱਲ ਹੈ ਅਸੀਂ ਤੇ ਪੀਪਲ ਪਾਰਟੀ ਦੀ ਕਰਪਸ਼ਨ ਨੂੰ ਰੋਜ਼ ਚੀਖਨੇ ਲੇਕਿਨ ਕੋਈ ਸੁਣਦਾ ਨਹੀਂ ਹੈ ਕਿ ਅੱਛਾ ਨਹੀਂ ਆਪਣੀ ਕਰਪਸ਼ਨ ਦੀ ਗੱਲ ਆਈ ਜੋ ਉਸ ਨੂੰ ਇਹਨਾਂ ਨੇ ਪੋਜ਼ਿਟਿਵ ਬਣਾ ਲਿਆ ਨਹੀਂ ਪੋਜ਼ਿਟਿਵ ਨਹੀਂ ਹੈ ਬਿਲਕੁਲ ਇੱਕ ਬੜੀ ਪੋਜ਼ਿਟਿਵ ਗੱਲ ਹੈ ਕਿ ਜੇਕਰ ਉਹਨੇ ਆਪਣੇ ਬੰਦੇ ਨੂੰ ਕਹਿਆ ਉਹ ਆਲਾ ਜ਼ਰਫੀ ਆ ਗਏ ਉਹ ਆਲਾ ਜ਼ਰਫੀ ਚਾਹੀਦੀ ਆਪਣੀ ਕਰਪਸ਼ਨ ਦੀ ਗੱਲ ਜਿਹੜੀ ਹੈ ਉਹ ਆਲਾ ਜ਼ਰਫੀ ਆ ਗਈ ਬੰਨਾ ਕੋਈ ਪੀਪਲ ਪਾਰਟੀ ਦੀ ਕਰਪਸ਼ਨ ਦੀ ਗੱਲ ਜਿਹੜੀ ਹੈ ਉਹ ਕਮਜ਼ਰਫੀ ਆ ਸਮਝ ਨਹੀਂ ਕੋਸਲ ਸਾਹਿਬ ਜਿਹੜੇ ਉਹ ਸੈਕੰਡ ਚੀਫ ਮਿਨਿਸਟਰ ਹਨ ਪੰਜਾਬ ਦੇ ਉਹਨਾਂ ਦੇ ਬਾਰੇ ਚ ਇਹ ਗੱਲ ਕੀਤੀ ਗਈ ਦੇਖੋ ਜੀ ਮੈਂ ਸਮਝ ਨਹੀਂ ਕਿ ਤੇ ਫਿਰ ਕ੍ਰਿਪਸ਼ਨ ਦਾ ਢੋਲ ਜਿਹੜਾ ਉਹ ਪੀਪਲਸ ਪਾਰਟੀ ਦਾ ਮੈਂ ਕਹਿੰਦਾ ਜੀ ਪਾਰਟੀ ਦਾ ਢੋਲ ਕੋਈ ਵੀ ਭੁਜਾਏ ਲੇਕਿਨ ਹਰ ਬੰਦੇ ਨੂੰ ਪਕੜਿਆ ਆਇਆ ਚਾਹੀਦਾ ਹੈ ਜੋ ਵੀ ਕਰੇ ਕਿਸੇ ਪਾਰਟੀ ਖਾਸ ਵਾਸਤੇ ਨਹੀਂ ਹੈ ਹਰ ਪਾਰਟੀ ਦਾ ਬੰਦਾ ਜਿਹੜਾ ਉਹ ਕਰਪਟ ਹੈ ਉਨ ਨੂੰ ਤੁਸੀਂ ਹਮਚਮਣੇ ਲਿਆਉਣ ਬਖੜੋ ਉਨ ਸਦਾਰ ਬਿਲਕੁਲ ਹੋਣਾ ਚਾਹੀਦਾ ਹੈ ਬਹੁਤ ਬਹੁਤ ਸ਼ੁਕਰੀਆ ਸਰਦਾਰ ਸਲੀਮ ਮਹਿਤਰ ਖਾਨ ਸਾਹਿਬ ਕੁਦਸਿਆ ਅਰਸ਼ਦ ਸਾਹਿਬਾ ਔਰ ਇਸਮਾਇਲ ਬੁਲੇਦੀ ਸਾਹਿਬ ਨੇ ਵੀ ਜੈਨ ਨਿਊ ਟੈਲੀਫੋਨ ਲਾਈਨ ਤੇ ਜੁਆਇਨ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਮੁਤਾਹਿਦਾ ਕੌਮੀ ਮੂਵਮੈਂਟ ਔਰ ਫਾਕਿਸਤਾਨ ਪੀਪਲਸ ਪਾਰਟੀ ਦਾ ਜੜਾਏ ਰੋਮਾਂਸ ਔਰ ਲਵ ਅਫੇਅਰ ਖਤਮ ਹੋਇਆ ਹੈ ਸਟੇਜ ਤੇ ਆ ਕੇ ਇਸ ਬਾਰੇ ਅਖੀਰ ਦੇ ਵਿੱਚ ਇੱਕ ਸਿਰਫ ਇੱਕ ਛੋਟਾ ਜਿਹਾ ਸ਼ੇਅਰ ਤੁਹਾਡੀ ਖਿਮਤ ਅਜ਼ਰ ਕਰਾਂਗੀ ਮਨਾਨੇ ਰੂਠਨੇ ਕੇ ਖੇਲ ਮੇਂ ਹਮ ਮਨਾਨੇ ਰੂਠਨੇ ਕੇ ਖੇਲ ਮ